ਸਤਿ ਸ਼੍ਰੀ ਅਕਾਲ ਦੋਸਤੋ, ਤੁਹਾਡੇ ਆਪਣੇ ਚੈਨਲ ਮਾਈਂਡ ਕੋਚ ਦੇ ਵਿੱਚ ਤੁਹਾਡਾ ਸਵਾਗਤ ਹੈ। ਇਹ ਇੱਕ ਇਨਫੋਰਮੇਟਿਵ ਪਲੇਟਫਾਰਮ ਹੈ ਜਿਸ ਦੇ ਵਿੱਚ ਜੌਬ ਅਲਰਟਸ, ਨੋਟੀਫਿਕੇਸ਼ਨ ਅਤੇ ਹੋਰ ਬਹੁਤ ਸਾਰੀ ਇਨਫੋਰਮੇਸ਼ਨ ਤੁਹਾਨੂੰ ਪ੍ਰੋਵਾਈਡ ਕਰਵਾਈ ਜਾਂਦੀ ਹੈ। ਦੋਸਤੋ, ਬੁਢਾਪਾ ਪੈਨਸ਼ਨ ਨਾਲ ਸੰਬੰਧਿਤ ਇੱਕ ਵੱਡੀ ਅਪਡੇਟ ਨਿਕਲ ਕੇ ਸਾਹਮਣੇ ਆਈ ਹੈ ਅਤੇ ਜਿਨ੍ਹਾਂ ਦੀ ਪੈਨਸ਼ਨ ਹਾਲੇ ਤੱਕ ਨਹੀਂ ਆਈ ਉਹਨਾਂ ਦੀ ਪੈਨਸ਼ਨ ਕਦੋਂ ਤੱਕ ਆਵੇਗੀ ਅਤੇ 2500 ਰੁਪਏ ਪੈਨਸ਼ਨ ਲੈਣ ਦੇ ਲਈ ਤੁਹਾਨੂੰ ਕੀ ਕਰਨਾ ਪਏਗਾ, ਗੱਲ ਕਰਾਂਗੇ ਅੱਜ ਦੀ ਵੀਡੀਓ ਦੇ ਵਿੱਚ। ਦੋਸਤੋ, ਬੁਢਾਪਾ ਪੈਨਸ਼ਨ ਹਰ ਮਹੀਨੇ 3 ਪੜਾਵਾਂ ਦੇ ਵਿੱਚ ਆਉਂਦੀ ਹੈ। ਪਹਿਲੇ ਪੜਾਅ ਦੀ ਜੋ ਪੈਨਸ਼ਨ ਹੈ 7 ਤਰੀਕ ਤੋਂ ਲੈ ਕੇ 12 ਤਰੀਕ ਤੱਕ, ਦੂਜੇ ਪੜਾਅ ਦੀ ਪੈਨਸ਼ਨ 15 ਤੋਂ 22 ਤਰੀਕ ਤੱਕ ਅਤੇ ਤੀਜੇ ਪੜਾਅ ਦੀ ਪੈਨਸ਼ਨ 25 ਤੋਂ 29 ਤਰੀਕ ਤੱਕ ਪੈਨਸ਼ਨ ਤਕਰੀਬਨ ਆ ਜਾਂਦੀ ਹੈ। ਫਿਰ ਵੀ ਬਹੁਤ ਸਾਰੇ ਪੈਨਸ਼ਨਰ ਹਨ ਜਿਨ੍ਹਾਂ ਦੀ ਪੈਨਸ਼ਨ ਨਹੀਂ ਆਉਂਦੀ, ਤਾਂ ਉਹਨਾਂ ਨੂੰ ਘਬਰਾਉਣ ਦੀ ਜ਼ਰੂਰਤ ਨਹੀਂ। ਉਹਨਾਂ ਦੀ ਪੈਨਸ਼ਨ ਅਗਲੇ ਮਹੀਨੇ ਦੀ ਪੈਨਸ਼ਨ ਨਾਲ ਜੁੜ ਕੇ ਇਕੱਠੀ ਪੈਨਸ਼ਨ ਬਣਦੀ ਹੈ। ਔਰ ਫਿਰ ਵੀ ਅਗਰ ਪੈਨਸ਼ਨ ਨਹੀਂ ਆਉਂਦੀ ਤਾਂ ਤੁਸੀਂ ਆਪਣੇ ਡਾਕੂਮੈਂਟਸ ਅਪਡੇਟ ਜ਼ਰੂਰ ਕਰਵਾਉਂਦੇ ਰਿਹਾ ਕਰੋ। ਅੱਗੇ ਗੱਲ ਕਰੀਏ ਕਿ 2500 ਪੈਨਸ਼ਨ ਲੈਣ ਲਈ ਤੁਹਾਨੂੰ ਕੀ ਕਰਨਾ ਹੋਵੇਗਾ, ਤਾਂ ਜੋ ਡਾਕੂਮੈਂਟ ਤੁਸੀਂ ਪਹਿਲਾਂ ਸਬਮਿਟ ਕਰਵਾਏ ਨੇ ਉਹੀ ਡਾਕੂਮੈਂਟ ਤੁਹਾਡੇ 2500 ਰੁਪਏ ਪੈਨਸ਼ਨ ਲਈ ਆਪਣੇ ਆਪ ਸਿਸਟਮ ਅਪਡੇਟ ਕਰ ਲਵੇਗਾ। ਜਦੋਂ ਵੀ ਸਰਕਾਰ ਨੇ ਹੁਕਮ ਜਾਰੀ ਕੀਤੇ 1500 ਤੋਂ 2500 ਰੁਪਏ ਕਰਨੀ ਹੈ, ਤਾਂ ਆਪਣੇ ਆਪ ਹੀ ਤੁਹਾਡੀ ਪੈਨਸ਼ਨ 1500 ਤੋਂ 2500 ਰੁਪਏ ਹੀ ਬਣ ਕੇ ਆਵੇਗੀ। ਯਾਨੀ ਕਿ ਤੁਹਾਨੂੰ ਕੁਛ ਕਰਨ ਦੀ ਜ਼ਰੂਰਤ ਨਹੀਂ ਹੈ। ਹਾਲੇ ਤੀਕਰ ਵੀ ਅਗਰ ਕਿਸੇ ਦੀ ਪੈਨਸ਼ਨ ਨਹੀਂ ਆਈ ਤਾਂ ਘਬਰਾਉਣ ਦੀ ਜ਼ਰੂਰਤ ਨਹੀਂ ਹੈ, ਉਹਨਾਂ ਦੀ ਪੈਨਸ਼ਨ ਅਗਲੇ ਮਹੀਨੇ ਨਾਲ ਜੁੜ ਕੇ ਜ਼ਰੂਰ ਆ ਜਾਵੇਗੀ। ਤਾਂ ਇਹ ਅਸੀਂ ਬੁਢਾਪਾ ਪੈਨਸ਼ਨ 'ਤੇ ਵੱਡੀ ਅਪਡੇਟ। ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ। ਵੀਡੀਓ 'ਚ ਬਣੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਚੈਨਲ 'ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਬੈਲ ਆਈਕਨ ਨੂੰ ਪ੍ਰੈਸ ਕਰ ਲਓ ਤਾਂ ਜੋ ਆਉਣ ਵਾਲੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਤੁਹਾਨੂੰ ਸਮੇਂ ਸਿਰ ਮਿਲ ਸਕੇ। ਤਾਂ ਥੈਂਕ ਯੂ।